ਅਸਲਾਮ ਵਾਲੇਕਮ ਬਾਈ ਜੀ, ਕੀ ਹਾਲ ਆ? ਠੀਕ ਹੋ ਜੀ ਮੇਰੇ ਵੀਰ? ਉਮੀਦ ਕਰਦੇ ਖੈਰੀਅਤ ਨਾਲ ਹੋਣਗੇ। ਹੰਸਲਾ ਐਗਰੀਕਲਚਰ ਦੇ ਵਿੱਚ ਸਾਰੇ ਵੀਰਾਂ ਨੂੰ ਖੁਸ਼ਾਮਦੀ ਅਤੇ ਗੱਲਾਂ ਮੰਡੀ ਵਿੱਚ ਮੌਜੂਦ ਆ ਬਾਈ ਜੀ ਮੀਆਂ ਚਰਨੋ 'ਚ। ਗੰਦਮ ਦਾ ਰੇਟ ਵੀਰਾਂ ਨਾਲ ਸ਼ੇਅਰ ਕਰਦੇ ਹਾਂ। ਕੱਲ੍ਹ 14 ਅਗਸਤ ਸੀ, ਅੱਜ 15 ਅਗਸਤ ਆ। ਸਾਰੇ ਵੀਰਾਂ ਨੂੰ 14 ਅਗਸਤ ਵੀ ਮੁਬਾਰਕ ਹੋਵੇ। ਅਤੇ ਅੱਜ ਜਿਹੜਾ ਵਾ ਮੰਡੀ ਦੇ ਵਿੱਚ ਰੌਣਕ ਲੱਗੀ ਆ, ਸਾਹਮਣੇ ਕਣਕ ਪਈ ਆ, ਤੁਸੀਂ ਦੇਖ ਸਕਦੇ ਹਾਂ। ਅਤੇ ਅੱਜ ਦਾ ਕਣਕ ਦਾ ਰੇਟ ਵੀਰਾਂ ਨਾਲ ਸ਼ੇਅਰ ਕਰਦੇ ਹਾਂ। ਅਤੇ ਮੀਆਂ ਚਰਨੋ ਗੱਲਾਂ ਮੰਡੀ 'ਚ ਬਾਈ ਜੀ, ਅੱਜ ਦਾ ਜਿਹੜਾ ਕਣਕ ਦਾ ਰੇਟ ਆ 2600 ਤੋਂ ਲੱਗ ਕੇ 2700 2750 ਰੁਪਏ ਤੱਕ ਅੱਛੀ ਕਣਕ, ਸਾਫ਼ ਕਣਕ ਦਾ ਰੇਟ ਆ। ਜਿਹੜੀ ਕੋਈ ਜ਼ਿਆਦਾ ਅੱਛੀ, ਜ਼ਿਆਦਾ ਮੋਟੇ ਦਾਣੇ ਵਾਲੀ ਸਾਫ਼ ਆ, 2700 ਤੋਂ ਉੱਤੇ ਵੀ ਹੈ, 30 ਰੁਪਏ ਤੱਕ ਹੈਗਾ। ਅਤੇ ਜਿਹੜਾ ਥੋੜ੍ਹਾ ਜਿਹਾ ਦਾਣਾ ਮਰਿਆ ਵਾ ਜਾਂ ਘੁੰਡੀ ਆ ਜਾਂ ਜਿਹਦੇ ਵਿੱਚ ਜ਼ਿਆਦਾ ਮਿੱਟੀ ਆ, ਉਹ 2600 ਤੋਂ ਲੱਗ ਕੇ ਤਕਰੀਬਨ 2650 ਤੱਕ ਉਹਦਾ ਰੇਟ ਆ। ਜਿਹੜੀ ਬਰੀਕ ਕਣਕ ਆ, ਖਰਾਬ ਆ ਹਲਕੀ ਜਿਹੀ ਜਾਂ ਘੁੰਡੀ ਵਗੈਰਾ ਜਾਂ ਮਿੱਟੀ ਜ਼ਿਆਦਾ ਵਾ, ਇਹ ਆ ਜੀ ਮੀਆਂ ਚਨੂ ਗੱਲਾਂ ਮੰਡੀ ਦੀ ਅਪਡੇਟ। ਅਤੇ ਇਸ ਤੋਂ ਇਲਾਵਾ ਕਪਾਹ ਵੀ ਆਈ ਹੋਈ ਆ, ਅਤੇ ਉਸ ਤੋਂ ਬਾਅਦ ਮੱਕੀ ਵੀ ਆਈ ਹੋਈ ਆ, ਤਿਲ ਤਿਲੀ ਵੀ ਆ ਰਹੀ ਆ। ਇਹ ਤੁਸੀਂ ਕਣਕ ਦੇਖ ਸਕਦੇ ਆ, ਇਹ ਕਣਕ ਪਈ ਆ ਜੀ, ਇਹਦਾ ਰੇਟ ਮਾਸ਼ਾਅੱਲਾ 2700 ਰੁਪਏ ਤੱਕ ਲੱਗਾ ਵਾ ਇਸ ਢੇਰ ਦਾ। ਅਤੇ ਬਾਕੀ ਬਾਈ ਜੀ ਤੁਹਾਡੇ ਇਲਾਕੇ ਦੇ ਵਿੱਚ ਕਣਕ ਦਾ ਰੇਟ ਕੀ ਆ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਆਪਦਾ ਬਹੁਤ ਸਾਰਾ ਖਿਆਲ ਰੱਖਿਓ ਜੀ। ਅੱਲਾ ਹਾਫਿਜ਼।